ਮੈਂ ਦਿਲ ਦੀ ਗਹਿਰਾਈ ਤੋਂ ਵਧਾਈ ਦਿੰਦਾ। ਪਹਿਲਾਂ ਤਾਂ ਜਿੰਨੀ ਪ੍ਰਦੇਸ਼ ਵਿੱਚ ਪੰਜਾਬੀ ਪ੍ਰੈਸ ਹੈ ਉਹਨੂੰ ਮਾਣ ਕਰਨਾ ਚਾਹੀਦਾ ਵੀ ਇਹ ਸਥਿਤੀ 'ਤੇ ਕਿਵੇਂ ਪਹੁੰਚੇ। ਤਾਂ ਹੀ ਪਹੁੰਚਿਓ ਜੇ ਖਤਰਿਆਂ ਦਾ ਮੁਕਾਬਲਾ ਕਰਕੇ ਸਾਡੇ ਪੰਜਾਬੀ ਦੁਨੀਆ ਦੇ ਹਰੇਕ ਹਿੱਸੇ ਵਿੱਚ ਜਿੱਧਰ ਮੂੰਹ ਆਇਆ ਉੱਧਰ ਹਿੰਮਤ ਨਾਲ ਅਤੇ ਸਮਰਪਿਤ ਹੋ ਕੇ ਗਏ, ਸਥਾਪਿਤ ਹੋਏ। ਸਮਰਪਿਤਤਾ, ਸਮਰਪਿਤਤਾ ਅਤੇ ਸਥਾਪਤੀ, ਇਹਦੇ ਵਿੱਚੋਂ ਪੰਜਾਬੀਆਂ ਦੇ ਸਾਰਾ ਕੁਝ ਵਿਕਸਿਤ ਹੋਇਆ ਤਾਂ ਪ੍ਰੈਸ ਵਿਕਸਿਤ ਹੋ ਗਈ, ਪਾਠਕ ਮਿਲ ਗਏ। ਇਸ ਲਈ ਮੈਂ ਪੰਜਾਬੀ ਪ੍ਰੈਸ ਸਮੁੱਚੀ ਨੂੰ ਅਤੇ ਤੁਹਾਡੇ ਪੇਪਰ ਨੂੰ ਖਾਸ ਤੌਰ 'ਤੇ ਸ਼ੁਭਕਾਮਨਾ ਦਿੰਦਾ ਅਤੇ ਨਾਲ ਹੀ ਮੈਂ ਬੇਨਤੀ ਕਰਦਾ ਕਿ ਸਮੱਸਿਆਵਾਂ ਨੂੰ ਉਭਾਰੋ।